ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਇਟਲੀਆਨੋ ਵਿੱਚ ਸਿੱਖਦੇ ਹਾਂ ਕਿੱਦਾਂ ਸਪੈਲਿੰਗ ਬਣਾਉਣੇ ਆ ਅਲਫਾਬੇਟੋ ਤੋਂ ਇਹ ਜੋ ਕਿ ਆਪਣੇ ਲਈ ਬਹੁਤ ਜ਼ਰੂਰੀ ਆ ਜਦ ਇੱਥੇ ਆਪਾਂ ਨੂੰ ਆਪਣਾ ਨਾਮ ਪੁੱਛਦੇ ਆ ਆਪਾਂ ਕਹਿੰਦੇ ਆ ਕਿ ਮੇਰਾ ਨਾਮ ਸੁਖਦੀਪ ਕੌਰ ਆ ਫਿਰ ਉਹ ਕਹਿੰਦੇ ਆ ਇਹਦੇ ਸਪੈਲਿੰਗ ਬੋਲੋ ਇਹ ਦੱਸਣ ਨਾਲ ਆਪਾਂ ਥੋੜ੍ਹੀ ਜਿਹੀ ਮਿਕਸ ਕਰ ਦਿੰਦੇ ਹਾਂ ਇੰਗਲਿਸ਼ ਏ ਬੀ ਸੀ ਅਤੇ ਇੱਥੇ ਦੀ ਅਲਫਾਬੇਟੋ ਹੁਣ ਆਪਾਂ ਦੇਖਦੇ ਹਾਂ ਕਿੱਦਾਂ ਸਾਰੀ ਏ ਬੀ ਸੀ ਦੇ ਨਾਲ ਆਪਾਂ ਕੁਝ ਸ਼ਬਦ ਬਣਾਉਂਦੇ ਆ ਜਿਹਦੇ ਵਿੱਚ ਕੁਝ ਸ਼ਹਿਰ ਆ ਤੇ ਕੁਝ ਚੀਜ਼ਾਂ ਦੇ ਨਾਂ ਆ ਆ ਕੋਮੇ ਅੰਕੋਨਾ ਬੀ ਕੋਮੇ ਬੋਲੋਨੀਆ ਸੀ ਕੋਮੇ ਕਤਾਨੀਆ ਡੀ ਕੋਮੇ ਡੋਲਚੇ ਏ ਕੋਮੇ ਐਂਪੋਲੀ ਐਫ ਕੋਮੇ ਫਿਰੇਂਸੇ ਜੀ ਕੋਮੇ ਜੇਨੋਵਾ ਐਚ ਕੋਮੇ ਹੋਟੇਲ E come Imola, J come Jolly, K come Ketchup, L come Livorno, M come Milano, N come Napoli, O come Otranto, P come Palermo, Q come Quarto, R come Roma, S come Savona, T come Torino, U come Udine, V come Venezia, W come Water, X come Xbox, Y come Yellow, Z come Zurigo. Pella pa a to leke Z tai shabd dekhe sige. ਉਹਦੇ ਹਿਸਾਬ ਨਾਲ ਹੁਣ ਆਪਾਂ ਨਵੇਂ ਤਰੀਕੇ ਨਾਲ ਆਪਣਾ ਨਾਂ ਦੱਸਦੇ ਹਾਂ ਜਿੱਦਾਂ ਕਿ ਮੇਰਾ ਨਾਮ ਹੈਗਾ ਆ ਸੁਖਦੀਪ ਕੌਰ ਪਰ ਇੱਥੇ ਮੈਂ ਸਰਨੇਮ ਪਹਿਲਾਂ ਲਿਖਿਆ ਆ ਤਾਂ ਨਾਮ ਬਾਅਦ 'ਚ ਲਿਖਿਆ ਕਿਉਂਕਿ ਇੱਥੇ ਸਰਨੇਮ ਪਹਿਲਾਂ ਆਉਂਦਾ ਆ ਜਿਹਨੂੰ ਕਹਿੰਦੇ ਆ ਕੁਨਿਓਮੇ ਅਤੇ ਨਾਂ ਬਾਅਦ ਵਿੱਚ ਆਉਂਦਾ ਆ ਜਿਹਨੂੰ ਕਹਿੰਦੇ ਹੈਗੇ ਆ ਨੋਵੇਂ ਅਤੇ ਮੰਨ ਲਓ ਜਦ ਆਪਾਂ ਆਪਣਾ ਕਿਸੇ ਦੇ ਸਾਹਮਣੇ ਬੈਠੇ ਹਾਂ ਬਾਈ ਚਾਂਸ ਆਪਣੇ ਕੋਲ ਡਾਕੂਮੈਂਟ ਨਹੀਂ ਹੈਗਾ ਹੈ ਨਾ ਉਹ ਪੁੱਛਦਾ ਆ ਤੇਰਾ ਕੁਨਿਓਮੇ ਅਤੇ ਨੋਵੇਂ ਕੀ ਆ ਉਹਨੂੰ ਆਪਾਂ ਦੱਸਣਾ ਵੀ ਮੇਰਾ ਕੁਨਿਓਮੇ ਹੈਗਾ ਆ ਕਾਪਾ ਆ ਊ ਐਰ ਮੇਰਾ ਨੋਮੇ ਹੈਗਾ ਆ ਐਸ ਊ ਕਾਪਾ ਅਕ ਡੀ ਏ ਪੀ ਬਾਈ ਚਾਂਸ ਆਪਾਂ ਫੋਨ 'ਤੇ ਆ ਉਹਨਾਂ ਨੇ ਪੁੱਛਿਆ ਵੀ ਤੁਸੀਂ ਆਪਣਾ ਨੋਮੇ ਅਤੇ ਕੁਨਿਓਮੇ ਦੱਸ ਉੱਥੇ ਆਪਾਂ ਕਹਾਂਗੇ ਮੇਰਾ ਕੁਨਿਓਮੇ ਲੋੜਾ ਕੈਚਅਪ ਅੰਕੋਨਾ ਉਦੀਨੇ ਰੋਮਾ ਮੇਰਾ ਨਾਂ ਸਵੋਨਾ ਉਦੀਨੇ ਕੈਚਅਪ ਹੋਟੇਲ ਡੋਲਚੇ ਐਂਪੋਲੀ ਐਂਪੋਲੀ ਪਲੈਰਮੋ ਹੁਣ ਇੱਥੇ ਮੈਂ ਕੁਛ ਸ਼ਬਦ ਲਿਖੇ ਆ ਜੋ ਕਿ ਆਪਾਂ ਜਿਹੜਾ ਪਹਿਲਾ ਅਲਫਾਬੇਟੋ ਦੇ ਵਿੱਚ ਇਹ ਸ਼ਬਦ ਆਏ ਸੀਗੇ ਹੁਣ ਮੈਂ ਇੱਥੇ ਇਹਨਾਂ ਦਾ ਮਤਵਲ ਸਮਝਾਉਣਾ ਚਾਹੁੰਦੀ ਹਾਂ ਵੀ ਇਹਨਾਂ ਨੂੰ ਆਪਾਂ ਕਿੱਦਾਂ ਪੰਜਾਬੀ ਵਿੱਚ ਕਹਿ ਸਕਦੇ ਹਾਂ ਜੌਲੀ ਆ ਉਹਦਾ ਮਤਲਬ ਹੈਗਾ ਆ ਚੌਕਰ ਕੁਆਰਤੋ ਮਤਲਬ ਚੌਥਾ ਇਕਸ ਬੋਕਸ ਇਹ ਹੋ ਗਿਆ ਜਿੱਦਾਂ ਪਲੇ ਸਟੇਸ਼ਨ ਜਿਹੜੀ ਆਪਾਂ ਜਿੱਦਾਂ ਆਪਾਂ ਗੇਮ ਖੇਡਦੇ ਹਾਂ ਹੋਟਲ ਹੈਗਾ ਆ ਹੋਟਲ ਕੈਚਅਪ ਹੋ ਗਿਆ ਸੂਗੋ ਜੈਲੋ ਹੋ ਗਿਆ ਜਾਲੋ ਇੱਥੇ ਮੈਂ ਥੋੜ੍ਹੇ ਜਿਹਾ ਆ ਵੀ ਇੱਥੇ ਸ਼ਬਦ ਆ ਜੋ ਮੈਂ ਸਮਝਾਉਣਾ ਚਾਹੁੰਦੀ ਹਾਂ ਇਹਨਾਂ ਦਾ ਵੀ ਪੰਜਾਬੀ ਵਿੱਚ ਮਤਲਬ ਕੀ ਆ ਨੌਵੀਂ ਹੋ ਗਿਆ ਸਾਡੇ ਬਈ ਸਾਡੇ ਨਾਂ ਚਿੱਤਾ ਸ਼ਹਿਰ ਕੋਜ਼ੇ ਚੀਜ਼ਾਂ ਇਟਾਲੀਆਨੋ ਇਟਾਲੀਅਨ ਪਰੋਲੇ ਹੋ ਗਿਆ ਸ਼ਬਦ ਉਮੀਦ ਕਰਦੀ ਹਾਂ ਕਿ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਇਹ ਮੇਰੀ ਸੋਚ ਦੇ ਹਿਸਾਬ ਨਾਲ ਬਹੁਤ ਜ਼ਰੂਰੀ ਆ ਕਿ ਅਸੀਂ ਆਪਣਾ ਸਹੀ ਤਰੀਕੇ ਦੇ ਨਾਲ ਹੁਣ ਆਪਣਾ ਅਸੀਂ ਆਪਣਾ ਨਾਂ ਦੱਸ ਸਕਦੇ ਹਾਂ ਕੁਝ ਸਾਡੇ ਲਈ ਆਸਾਨ ਹੋ ਜੂਗਾ ਅਤੇ ਐਂਡ ਜਿਹੜਾ ਸਾਨੂੰ ਸੁਣਨ ਵਾਲਾ ਆ ਉਹ ਲਈ ਵੀ ਆਸਾਨ ਹੋ ਜੂਗਾ ਇੱਥੇ ਹੀ ਕਹਿੰਦੇ ਆ ਵੀਡੀਓ ਮੈਂ ਖਤਮ ਕਰਦੀ ਹਾਂ ਅਤੇ ਸਤਿ ਸ਼੍ਰੀ ਅਕਾਲ ਜੀ